ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਟੀਵੀ ਤੇ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਕੇਸਿਸ ਨੂੰ ਲੈ ਕੇ ਬੀਤੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਨਾਈਟ ਕਰਫਿਊ ਲਗਾਇਆ ਗਿਆ ਸੀਗਾ ਕਈ ਤਰ੍ਹਾਂ ਦੀਆਂ ਇਨਸਟ੍ਰਕਸ਼ਨਸ ਲਗਾਈਆਂ ਗਿਆ ਸੀਗੀਆਂ ਜੋ 15 ਜਨਵਰੀ ਤੱਕ ਗਾਈਡਲਾਈਨਸ ਜਾਰੀ ਕੀਤੀ ਗਈਆਂ ਸੀਗੀਆਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੱਲ ਤੋਂ ਹੀ ਸਾਡੇ ਕੋਲ ਬੜੇ ਜ਼ਿਆਦਾ ਫੋਨਸ ਆ ਰਹੇ ਨੇ ਕੁਇਰੀਜ਼ ਆ ਰਹੀਆਂ ਨੇ ਤੁਸੀਂ ਵੀ ਦੇਖਿਆ ਹੋਵੇਗਾ ਕਿ ਤੁਹਾਡੇ WhatsApp ਗਰੁੱਪਸ ਦੇ ਵਿੱਚ ਇੱਕ ਗਾਈਡਲਾਈਨਸ ਘੁੰਮਰੀਆਂ ਨੇ ਜੋ ਦੱਸਿਆ ਜਾ ਰਿਹਾ ਕਿ 15 ਜਨਵਰੀ ਤੋਂ ਬਾਅਦ ਲਾਗੂ ਹੋਣਗੀਆਂ ਉਹਨਾਂ ਗਾਈਡਲਾਈਨਸ ਦੇ ਵਿੱਚ ਕਿਤੇ ਵੀ ਨਾਈਟ ਕਰਫਿਊ ਦਾ ਜ਼ਿਕਰ ਨਹੀਂ ਹੈ ਉਹਨਾਂ ਗਾਈਡਲਾਈਨਸ ਦੇ ਵਿੱਚ ਜਿਮ ਬੰਦ ਰੱਖਣ ਦਾ ਵੀ ਜ਼ਿਕਰ ਨਹੀਂ ਹੈ ਉਹਨਾਂ ਗਾਈਡਲਾਈਨਸ ਦੇ ਵਿੱਚ ਸਕੂਲ ਕਾਲਜ ਯੂਨੀਵਰਸਿਟੀਆਂ ਵੀ ਬੰਦ ਰੱਖਣ ਦਾ ਜ਼ਿਕਰ ਨਹੀਂ ਹੈ ਇਹ ਬੜੀ ਵੱਡੀ ਕਨਫਿਊਜ਼ਨ ਹੈ ਇਹਹੀ ਕਨਫਿਊਜ਼ਨ ਆਪਾਂ ਦੂਰ ਕਰਨ ਆਏ ਆ ਤੁਹਾਡੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਤੁਹਾਡੀ ਕਨਫਿਊਜ਼ਨ ਦੂਰ ਕਰ ਦੇਣਾ ਚਾਹੁੰਦਾ ਕਿ ਜਿਹੜੀਆਂ ਪੰਜਾਬ ਸਰਕਾਰ ਨੇ ਗਾਈਡਲਾਈਨਸ ਜਾਰੀ ਕੀਤੀਆਂ ਸੀਗੀਆਂ ਉਹ 15 ਜਨਵਰੀ 2022 ਤੱਕ ਸੀਗੀਆਂ ਯਾਨੀ ਕਿ ਅੱਜ ਤੱਕ ਸੀਗੀਆਂ ਹੁਣ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਨਵੀਂ ਗਾਈਡਲਾਈਨ ਜਾਰੀ ਨਹੀਂ ਕੀਤੀ ਗਈ 15 ਜਨਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਨਾਈਟ ਕਰਫਿਊ ਲੱਗੇਗਾ ਜਾਂ ਨਹੀਂ ਜਿਮ ਖੁੱਲਣਗੇ ਜਾਂ ਨਹੀਂ ਜਿਹੜੇ ਸਕੂਲ ਕਾਲਜਸ ਨੇ ਯੂਨੀਵਰਸਿਟੀਆਂ ਨੇ ਖੁੱਲਣਗੇ ਜਾਂ ਨਹੀਂ ਇਹਨੂੰ ਲੈ ਕੇ ਹਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਫੈਸਲਾ ਕੋਈ ਵੀ ਨਵੀਂ ਗਾਈਡਲਾਈਨ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਈਏ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਦਾ ਪੰਜਾਬ ਸਰਕਾਰ ਦੇ ਹੁਕਮਾਂ ਦਾ ਆਪਾਂ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਅਗਲੀ ਗਾਈਡਲਾਈਨਸ ਵਿੱਚ ਵਾਅਦਾ ਹੋਏਗਾ ਜਾਂ ਨਹੀਂ ਹੋਏਗਾ ਰੈਸਟ੍ਰਿਕਸ਼ਨਸ ਵਿੱਚ ਵਾਅਦਾ ਹੋਏਗਾ ਜਾਂ ਨਹੀਂ ਹੋਏਗਾ ਨਾਈਟ ਕਰਫਿਊ ਹਟੇਗਾ ਜਾਂ ਨਹੀਂ ਹਟੇਗਾ ਕਿਉਂਕਿ ਹਜੇ ਤੱਕ ਪੰਜਾਬ ਸਰਕਾਰ ਨੇ ਆਪਣੀ ਕੋਈ ਵੀ ਗਾਈਡਲਾਈਨਸ ਜਾਰੀ ਨਹੀਂ ਕੀਤੀਆਂ ਜਿਹੜੀਆਂ ਗਾਈਡਲਾਈਨਸ ਤੁਹਾਡੇ ਕੋਲ WhatsApp ਦੇ ਜ਼ਰੀਏ ਪਹੁੰਚ ਰਹੀਆਂ ਨੇ ਉਹਦੀ ਵੀ ਕਨਫਿਊਜ਼ਨ ਮੈਂ ਦੂਰ ਕਰ ਦਿੰਦਾ ਮੈਂ ਆਪਣੀ ਟੀਮ ਨੂੰ ਕਵਾਂਗਾ ਸਕਰੀਨ ਤੇ ਆਪਾਂ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਦਰਅਸਲ 28 ਦਸੰਬਰ ਨੂੰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਸੀਗੀਆਂ ਜਿਦੇ ਵਿੱਚ ਉਹਨਾਂ ਨੇ ਹੋਟਲ, ਰੈਸਟੋਰੈਂਟ, ਮਾਲਸ, ਸਕੂਲ, ਕਾਲਜਸ ਇਹਨਾਂ ਸਾਰੀਆਂ ਥਾਵਾਂ ਤੇ ਜਿੱਥੇ ਲਾਰਜ ਗੈਦਰਿੰਗਸ ਹੁੰਦੀਆਂ ਸੀਗੀਆਂ 28 ਦਸੰਬਰ ਨੂੰ ਇੱਕ ਗਾਈਡਲਾਈਨ ਜਾਰੀ ਕੀਤੀਆਂ ਸੀਗੀਆਂ ਉਹਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਹਰ ਥਾਂ ਤੇ ਉਹੀ ਲੋਕ ਜਾ ਸਕਣਗੇ ਜਿਨ੍ਹਾਂ ਦੇ ਦੋਵੇਂ ਹੀ ਵੈਕਸੀਨ ਲੱਗੀਆਂ ਹੋਣਗੀਆਂ ਤਾਂ ਇਹ ਗਾਈਡਲਾਈਨਸ ਆਈਆਂ ਸੀਗੀਆਂ 28 ਦਸੰਬਰ ਨੂੰ ਤੁਸੀਂ ਇਹ ਫੋਟੋ ਦੇ ਵਿੱਚ ਤਸਵੀਰ ਵੀ ਦੇਖ ਰਹੇ ਹੋ ਆਪਾਂ ਮਾਰਕ ਕੀਤਾ ਹੋਇਆ ਇਹ ਗਾਈਡਲਾਈਨਸ ਜਾਰੀ ਹੋਈਆਂ ਸੀ 28 ਦਸੰਬਰ ਨੂੰ ਔਰ ਉਹਦੀ ਤਰੀਕ ਰੱਖੀ ਗਈ ਸੀ ਕਿ 15 ਜਨਵਰੀ ਤੋਂ ਬਾਅਦ ਲਾਗੂ ਹੋਣਗੀਆਂ ਮੈਂ ਫੇਰ ਤੁਹਾਡੀ ਕਨਫਿਊਜ਼ਨ ਦੂਰ ਕਰ ਦਿੰਦਾ ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਗਾਈਡਲਾਈਨ ਜਾਰੀ ਕੀਤੀਆਂ ਪੰਜਾਬ ਸਰਕਾਰ ਕਹਿੰਦੀ ਕਿ 15 ਜਨਵਰੀ ਤੋਂ ਬਾਅਦ ਜਿਹੜੀ ਆਪਾਂ ਗਾਈਡਲਾਈਨ ਜਾਰੀ ਕਰ ਰਹੇ ਆ ਅੱਜ ਇਹ 15 ਜਨਵਰੀ ਤੋਂ ਬਾਅਦ ਲਾਗੂ ਹੋਣ ਗਿਆ ਉਸ ਤੋਂ ਬਾਅਦ ਹਰ ਥਾਂ ਤੇ ਜਾਣ ਲਈ ਤੁਹਾਡੇ ਦੋਵੇਂ ਵੈਕਸੀਨਸ ਲੱਗੀਆਂ ਹੋਣੀ ਚਾਹੀਦੀਆਂ ਇਸੇ ਕਰਕੇ ਉੱਥੇ ਥੱਲੇ ਲਿਖਿਆ ਹੈ ਆਫਟਰ 15 ਜਨਵਰੀ 2022 ਇਹ ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਜਾਰੀ ਕੀਤੀਆਂ ਸੀ ਉਸ ਤੋਂ ਬਾਅਦ ਜਿਵੇਂ ਕੇਸ ਵੱਧਦੇ ਨੇ ਅਗਲੀ ਤਸਵੀਰ ਤਾਂ ਆਪਾਂ ਤੁਹਾਨੂੰ ਦਿਖਾਉਂਦੇ ਆ 4 ਜਨਵਰੀ ਨੂੰ ਇੱਕ ਹੋਰ ਗਾਈਡਲਾਈਨ ਜਾਰੀ ਕੀਤੀਆਂ ਇਸੇ ਗਾਈਡਲਾਈਨ ਦੇ ਵਿੱਚ ਪੰਜਾਬ ਸਰਕਾਰ ਨੇ ਸਖਤੀ ਵਰਤਦਿਆਂ ਹੋਇਆਂ ਸੂਬੇ ਦੇ ਅੰਦਰ ਨਾਈਟ ਕਰਫਿਊ ਲਗਾ ਦਿੱਤਾ ਸਕੂਲ ਕਾਲਜ ਯੂਨੀਵਰਸਿਟੀਆਂ ਜਿਮ ਕਈ ਐਹੋ ਜੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਸੀ ਇਹ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਸੀਗੀਆਂ 4 ਜਨਵਰੀ ਨੂੰ ਜਾਰੀ ਕੀਤੀ ਗਈਆਂ ਸੀਗੀਆਂ ਔਰ ਇਹਨੂੰ ਕਿਹਾ ਗਿਆ ਸੀਗਾ ਕਿ 15 ਜਨਵਰੀ ਤੱਕ ਇਹ ਲਾਗੂ ਰਹਿਣਗੀਆਂ ਇਹਦਾ ਇਹ ਮਤਲਬ ਹੋ ਜਾਂਦਾ ਜਦੋਂ 28 ਦਸੰਬਰ ਵਾਲੀਆਂ ਜੋ ਗਾਈਡਲਾਈਨਸ ਸੀਗੀਆਂ ਉਹਦੇ ਤੋਂ ਵੀ ਹੋਰ ਅੱਗੇ ਸਖਤੀ ਵਿਵਧਾਉਂਦੇ ਹੋયા 4 ਜਨਵਰੀ ਨੂੰ ਨਵੀਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਸੀਗੀਆਂ ਇਹ ਜਿਹੜੀ 4 ਜਨਵਰੀ ਨੂੰ ਗਾਈਡਲਾਈਨਸ ਜਾਰੀ ਹੋਈਆਂ ਸੀਗੀਆਂ ਇਹ ਅਮਲ ਦੇ ਵਿੱਚ ਰਹਿਣੀਆਂ ਅੱਜ ਤੱਕ ਤਾਂ ਜਿਹੜੀਆਂ 28 ਦਸੰਬਰ ਨੂੰ ਗਾਈਡਲਾਈਨਸ ਜਾਰੀ ਹੋਈਆਂ ਸੀਗੀਆਂ ਇਹ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ 15 ਜਨਵਰੀ ਤੋਂ ਬਾਅਦ ਲਾਗੂ ਹੁੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ 15 ਜਨਵਰੀ ਤੋਂ ਬਾਅਦ ਇਹੀ ਗਾਈਡਲਾਈਨਸ ਲਾਗੂ ਹੋਣਗੀਆਂ ਸਾਨੂੰ ਹਜੇ ਇੰਤਜ਼ਾਰ ਕਰਨਾ ਪਏਗਾ ਕਿ ਪੰਜਾਬ ਸਰਕਾਰ ਫਰੈਸ਼ ਗਾਈਡਲਾਈਨਸ ਫਰੈਸ਼ ਨੋਟੀਫਿਕੇਸ਼ਨ ਕੀ ਕਰਦੀ ਹੈ ਫਰੈਸ਼ ਆਪਣਾ ਹੁਕਮ ਕੀ ਜਾਰੀ ਕਰਦੀ ਹੈ ਅੱਜ ਹੋ ਸਕਦਾ ਹੈ ਪੰਜਾਬ ਸਰਕਾਰ ਨਵੀਂ ਗਾਈਡਲਾਈਨਸ ਜਾਰੀ ਕਰੇ ਦੇਰ ਸ਼ਾਮ ਤੱਕ ਵੀ ਗਾਈਡਲਾਈਨਸ ਜਾਰੀ ਹੋ ਸਕਦੀਆਂ ਨੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਬ ਦੇ ਵਿੱਚ ਅੱਗੇ ਕੀ ਹਾਲਾਤ ਰਹਿਣਗੇ ਨਾਈਟ ਕਰਫਿਊ ਰਹੇਗਾ ਹਟਦਾ ਹੈ ਸ਼ਕਤੀਆਂ ਘਟਦੀਆਂ ਨੇ ਜਾਂ ਵੱਧਦੀਆਂ ਨੇ ਜਿਹੜੀ WhatsApp ਦੇ ਜ਼ਰੀਏ ਤੁਹਾਡੇ ਦੇ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਹੈ 15 ਜਨਵਰੀ ਤੋਂ ਬਾਅਦ ਜਿਹਦੇ ਵਿੱਚ ਦਰਸਾਇਆ ਗਿਆ ਹੈ ਕਿ 15 ਜਨਵਰੀ ਤੋਂ ਬਾਅਦ ਸੂਬੇ ਦੇ ਅੰਦਰ ਇਹ ਗਾਈਡਲਾਈਨਸ ਲਾਗੂ ਹੋਣਗੀਆਂ ਉਹ ਗਲਤ ਨੇ ਉਹ ਪੁਰਾਣੀਆਂ ਗਾਈਡਲਾਈਨਸ ਨੇ ਉਹ ਅਮਲ ਦੇ ਵਿੱਚ ਨਹੀਂ ਆਂਦੀਆਂ ਕੋਈ WhatsApp ਗਰੁੱਪਸ ਦੇ ਵਿੱਚ ਕੁਝ ਜਿਵੇਂ ਜਿਮ ਮਾਲਕ ਨੇ ਉਹ ਆਪਣੇ ਕਸਟਮਰਸ ਨੂੰ ਭੇਜਨੇ ਨੇ ਕਿ ਕੱਲ ਤੋਂ ਜਿਮ ਖੋਲ ਰਹੇ ਨੇ ਸਾਡੀ ਸਲਾਹ ਇਹ ਹੈ ਕਿ ਹਜੇ ਤੁਹਾਨੂੰ ਪੰਜਾਬ ਸਰਕਾਰ ਦਾ ਇੰਤਜ਼ਾਰ ਕਰਨਾ ਪਏਗਾ ਹੁਕਮਾਂ ਦੇ ਉਹਨਾਂ ਦਾ ਨਵੀਂ ਗਾਈਡਲਾਈਨਸ ਦੇ ਹੁਕਮਾ ਜੋ ਨਵੀਂ ਗਾਈਡਲਾਈਨਸ ਹੋਣ ਗਿਆ ਉਹਦਾ ਇੰਤਜ਼ਾਰ ਤੁਹਾਨੂੰ ਕਰਨਾ ਪਏਗਾ ਜਿਹੜੀ ਗਾਈਡਲਾਈਨਸ ਦੇ ਆਧਾਰ ਤੇ ਤੁਸੀਂ ਆਪਣੇ ਕਸਟਮਰਸ ਨੂੰ ਬੁਲਾ ਰਹੇ ਹੋ ਉਹ ਪੁਰਾਣੀਆਂ ਗਾਈਡਲਾਈਨਸ ਨੇ ਉਹ ਹੁਣ ਅਮਲ ਦੇ ਵਿੱਚ ਨਹੀਂ ਹੈਗੀਆਂ 4 ਜਨਵਰੀ ਨੂੰ ਨਵੀਂ ਗਾਈਡਲਾਈਨਸ ਆਈਆਂ ਸਿਗੀਆਂ ਜਿਦੇ ਵਿੱਚ ਸ਼ਕਤੀਆਂ ਵਧਾਈ ਗਈਆਂ ਸਿਗੀਆਂ ਉਹਦੀ ਜਿਹੜੀ ਮਿਆਦ ਹੈ ਉਹ ਹੈ ਤੇ 15 ਜਨਵਰੀ ਤੱਕ 15 ਜਨਵਰੀ ਨੂੰ ਹੁਣ ਪੰਜਾਬ ਸਰਕਾਰ ਨੂੰ ਨਵੀਂ ਗਾਈਡਲਾਈਨਸ ਜਾਰੀ ਕਰਨੀ ਪੈਣੀ ਹੈ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਅੱਗੇ ਹਾਲਾਤ ਕੀ ਰਹਿਣਗੇ 28 ਦਸੰਬਰ ਵਾਲੀ ਗਾਈਡਲਾਈਨਸ ਨੂੰ ਤੁਸੀਂ ਇਗਨੋਰ ਕਰੋ 28 ਦਸੰਬਰ ਵਾਲੀ ਗਾਈਡਲਾਈਨਸ ਉਹਨਾਂ ਅਮਲ ਦੇ ਵਿੱਚ ਨਹੀਂ ਹੈਗੀ 15 ਜਨਵਰੀ ਨੂੰ ਯਾਨੀ ਕਿ ਅੱਜ ਪੰਜਾਬ ਸਰਕਾਰ ਦਾ ਇਹ ਫਰਜ਼ ਬੰਦਾ ਹੈ ਕਿ ਨਵੀਂ ਗਾਈਡਲਾਈਨਸ ਜਾਰੀ ਕਰਨ ਔਰ ਆਪਾਂ ਅਪੀਲ ਕਰਦੇ ਹਾਂ ਪੰਜਾਬ ਗਵਰਨਮੈਂਟ ਨੂੰ ਵੀ ਕਿ ਕਨਫਿਊਜ਼ਨ ਦੂਰ ਕਰਨ ਦੇ ਲਈ ਜਲਦ ਤੋਂ ਜਲਦ ਆਪਣੀ ਗਾਈਡਲਾਈਨਸ ਜਾਰੀ ਕਰਨ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਈ ਡਿਪਾਰਟਮੈਂਟਸ ਦੇ ਜਾਂ ਗਾਈਡਲਾਈਨਸ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਵੀ ਆਪਣੀ ਗਾਈਡਲਾਈਨਸ ਕੱਢਣੇ ਸ਼ਾਇਦ ਹੋ ਸਕਦਾ ਹੈ ਇਸੇ ਗੱਲ ਦਾ ਇੰਤਜ਼ਾਰ ਹੋ ਰਿਹਾ ਹੋਵੇ ਪਰ ਫਿਰ ਵੀ ਆਪਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਨਵੀਆਂ ਗਾਈਡਲਾਈਨਸ ਜਾਰੀ ਕਰਨ ਤਾਂਕਿ ਕਨਫਿਊਜ਼ਨ ਜਿਹੜੀਆ ਦੂਰ ਹੋ ਜਾਏ ਮੈਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਕਿ ਜਿਹੜੀਆਂ ਗਾਈਡਲਾਈਨਸ ਤੁਹਾਡੇ ਤੱਕ ਪਹੁੰ ਜਿੱਦੇ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ 15 ਜਨਵਰੀ ਤੋਂ ਬਾਅਦ ਵਿਦ ਇਫੈਕਟ ਫਰੋਮ 15 ਜਨਵਰੀ 2022 ਲਿਖਿਆ ਹੋਇਆ ਹੈ ਉਹ ਗਾਈਡਲਾਈਨਸ ਪੁਰਾਣੀਆਂ ਨੇ ਉਹ 28 ਦਸੰਬਰ ਨੂੰ ਜਾਰੀ ਹੋਈਆਂ ਸੀਗੀਆਂ ਉਹਦਾ ਹੁਣ ਕੋਈ ਲੈਣ ਦੇ ਨਹੀਂ 4 ਜਨਵਰੀ ਨੂੰ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ ਸੀਗੀਆਂ ਜਦੋਂ ਨਾਈਟ ਕਰਫਿਊ ਜਿਮ ਸਕੂਲ ਇਹ ਸਭ ਚੀਜ਼ਾਂ ਬੰਦ ਕੀਤੀ ਗਈਆਂ ਸੀਗੀਆਂ ਉਹਨੂੰ ਲੈ ਕੇ ਉਹਦੀ ਕੰਟੀਨਿਉਟੀ ਦੇ ਲਈ ਹੀ ਅੱਜ 15 ਜਨਵਰੀ ਨੂੰ ਹੁਣ ਨਵੀਂ ਗਾਈਡਲਾਈਨਸ ਜਾਰੀ ਹੋਣਗੀਆਂ ਜੋ ਹਜੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤੀ ਗਈਆਂ ਇੰਤਜ਼ਾਰ ਆਪਾਂ ਵੀ ਕਰ ਰਹੇ ਹਾਂ ਔਰ ਜਿਵੇਂ ਹੀ ਪੰਜਾਬ ਸਰਕਾਰ ਕੋਈ ਨਵਾਂ ਹੁਕਮ ਸੁਣਾਉਂਦੀ ਹੈ ਨਵਾਂ ਫੈਸਲਾ ਲੈਂਦੀ ਹੈ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੇ ਜ਼ਰੀਏ ਆਪਾਂ ਤੁਹਾਡੇ ਤੱਕ ਪਹੁੰਚਾਵਾਂਗੇ ਪੁਰਾਣੀ ਸਾਰੀ ਗਾਈਡਲਾਈਨਸ ਨੂੰ ਤੁਸੀਂ ਭੁੱਲ ਜਾਓ ਹਜੇ ਤੱਕ ਅੱਜ ਨਾਈਟ ਕਰਫਿਊ ਹੈਗਾ ਹੈ ਹਜੇ ਅੱਜ ਜਿੰਬੀ ਬੰਦ ਨਹੀਂ ਕੱਲ ਕੀ ਹੋਏਗਾ ਇਹ ਪੰਜਾਬ ਸਰਕਾਰ ਦੇ ਨਵੇਂ ਹੁਕਮ ਹੀ ਦੱਸਣਗੇ ਨਹੀਂ ਤੇ ਹੋ ਜੇ ਪੰਜਾਬ ਸਰਕਾਰ ਨਵੀਂ ਗਾਈਡਲਾਈਨ ਜਾਰੀ ਨਹੀਂ ਕਰਦੀ ਤਾਂ ਫਿਰ ਜਿਮ ਵਗੈਰਾ ਜਿਹੜੇ ਆ ਤੁਸੀਂ ਖੋਲ ਸਕਦੇ ਹੋ ਕਿਉਂਕਿ ਇਹ ਪੰਜਾਬ ਸਰਕਾਰ ਦੀ ਅੰਗਲੀ ਹੋएगी ਕਿ ਜੇ ਅੱਜ ਨਵੀਆਂ ਗਾਈਡਲਾਈਨਸ ਨਹੀਂ ਆਂਦੀਆਂ ਪਰ ਹਜੇ ਦਿਨ ਪਿਆ ਪੂਰਾ ਪੰਜਾਬ ਸਰਕਾਰ ਨੂੰ ਹਜੇ ਆਪਣੀ ਗਾਈਡਲਾਈਨਸ ਨਵੀਆਂ ਫਰੈਸ਼ ਜੜੀਆਂ ਨੇ ਫਰੈਸ਼ ਰੈਸਟ੍ਰਿਕਸ਼ਨਸ ਜਾਰੀ ਕਰਨੀ ਪੈਣਗੀਆਂ 28 دسمبر ਵਾਲੀ ਗਾਈਡਲਾਈਨਸ ਨੂੰ ਤੁਸੀਂ ਭੁੱਲ ਜਓ ਉਹ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤੀ ਗਈਆਂ ਉਹ ਲੋਕ ਆਪਣੇ ਆਪ ਚ ਕਿਉਂਕਿ ਕਨਫਿਊਜ਼ਨ ਹੋ ਗਈ ਹੈ ਇਸੇ ਕਰਕੇ WhatsApp ਦੇ ਵਿੱਚ ਇੱਕ ਦੂਜੇ ਨੂੰ ਭੇਜ ਰਹੇ ਨੇ ਔਰ ਇਸੇ ਤਰ੍ਹਾਂ ਕਿਉਂਕਿ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ 15 ਜਨਵਰੀ ਤੋਂ ਬਾਅਦ ਲਾਗੂ ਹੋਣੀ ਹੈ ਸ਼ਾਇਦ ਇਸ ਕਰਕੇ ਸਾਰਿਆਂ ਨੂੰ ਲੱਗ ਰਿਹਾ ਹੈ ਕਿ ਨਾਈਟ ਕਰਫਿਊ ਵੀ ਕੱਲ ਤੋਂ हट ਜਾਏਗਾ ਹਰ ਚੀਜ਼ हट ਜਾਏਗੀ ਹੋ ਸਕਦਾ ਹੈ ਪੰਜਾਬ ਸਰਕਾਰ ਕੁਝ ਅਹਜਾਹਾ ਫੈਸਲਾ ਲੈ ਲਵੇ ਪਰ ਸਾਨੂੰ ਇੰਤਜ਼ਾਰ ਪੰਜਾਬ ਸਰਕਾਰ ਦੇ ਨਵੀਆਂ ਯਾਨੀ ਕਿ ਫਰੈਸ਼ ਗਾਈਡਲਾਈਨਸ ਦਾ ਹੀ ਕਰਨਾ ਪਏਗਾ ਦੇਖਦੇ ਰਹੋ ਉਹ ਦੈਨਿਕ ਚੋਰਾ ਟੀਵੀ